ਜਦ ਆਪਣੇ ਹੀ ਬੰਦੇ ਆਪਣੀਆਂ ਲੱਤਾਂ ਖਿੱਚਣਗੇ ਉਦੋਂ ਪਾਰਟੀ ਸਟਰੋਂਗ ਨਹੀਂ। ਯਾਨੀ ਕਿ ਪਾਰਟੀ ਦੇ ਵਿੱਚ ਬੰਦੇ ਹੀ ਐਸੇ ਨੇ ਕੁਝ ਕਿ ਪਾਰਟੀ ਜਿਹੜੀ ਕਿ ਮਜ਼ਬੂਤ ਨਹੀਂ ਆਪਸ ਦੇ ਵਿੱਚ। ਜਦ ਸਾਡੇ ਮੋਢੀ ਆਪਣੇ ਨਿੱਜੀ ਮਫਾਦ ਨੂੰ ਲੈ ਕੇ ਅੱਗੇ ਚੱਲਣਗੇ ਫਿਰ ਕੀ ਬਣਾ। ਛੱਡ ਕੇ ਗਏ ਢੀਂਡਸਾ ਸਾਹਿਬ, ਉਸ ਟਾਈਮ ਇਹਨਾਂ ਨੇ ਪੂਰੇ ਪੰਜਾਬ 'ਚ ਮੁਹਿੰਮ ਚਲਾਈ, ਸੁਖਬੀਰ ਬਾਦਲ ਜੀ ਦੀ ਨਿੰਦਾ ਕੀਤੀ, ਇਹ ਕਿਹਾ ਕਿ ਮੈਨੂੰ ਕੋਈ ਇਸ਼ੂ ਨਹੀਂ ਹੈ ਸੁਖਬੀਰ ਪ੍ਰਧਾਨਗੀ ਛੱਡ ਕੇ ਆ ਜਾਣਗੇ, ਜਿਵੇਂ ਆਹ ਬੋਲ ਰਹੇ ਇਹੀ ਆਵਾਜ਼ ਸੀ ਉਹਨਾਂ ਦੀ। ਅਤੇ ਫਿਰ ਜਦ ਮੁੜ ਕੇ ਇਕੱਠੇ ਹੋਏ ਵਾਪਸ ਆਏ ਉਦੋਂ ਕੀ ਬਦਲ ਗਿਆ ਸੀ, ਸੁਖਬੀਰ ਜੀ ਨੇ ਛੱਡਤੀ ਸੀ ਪ੍ਰਧਾਨ। ਜੇ ਟਿਕਟ ਇਹਨਾਂ ਨੂੰ ਨਹੀਂ ਮਿਲੀ, ਟਿਕਟ ਝੁੰਦੇ ਨੂੰ ਮਿਲ ਗਈ, ਫਿਰ ਸੁਖਬੀਰ ਭੈੜਾ ਹੋਇਆ। ਸੋ ਇਹਦੇ ਤੋਂ ਕੀ ਲਾਉਂਗੇ। ਚੰਦੂ ਮਾਜਰਾ ਜੀ ਪਾਰਟੀ ਦੇ ਉਹ ਚਾਰ ਪੰਜ ਚਿਹਰੇ ਹੈ ਜਿਹਨਾਂ ਜਿਹੜੇ ਫੈਸਲਾ ਕਰਦੇ ਸੀ। ਇੱਕ ਐਕਸਟਰਾ ਕੌਂਸਟੀਟਿਊਸ਼ਨਲ ਅਥੋਰਿਟੀ ਬਣੇ ਹੋਏ ਸੀ ਜਿਹਨੂੰ ਕਿਹਾ ਜਾਂਦਾ ਹੈਗਾ ਕੋਰ ਕਮੇਟੀ। ਕੋਰ ਕਮੇਟੀ ਸਾਡੇ ਅਕਾਲੀ ਦਲ ਦੇ ਕੌਂਸਟੀਟਿਊਸ਼ਨ 'ਚ ਪਹਿਲੀ ਤਾਂ ਇੰਨੀ ਕੁ ਗੱਲ ਹੈ ਕਿ ਇਹਨਾਂ ਨੂੰ ਪਾਰਟੀ 'ਚ ਗੱਲ ਕਰਨੀ ਚਾਹੀਦੀ ਸੀ, ਇੱਦਾਂ ਬਾਹਰ ਜਾ ਕੇ ਨਹੀਂ ਗੱਲ ਕਰਨੀ ਚਾਹੀਦੀ। ਸਾਨੂੰ ਤਾਂ ਤੁਹਾਡੇ 'ਤੇ ਬੜੇ ਇਤਰਾਜ਼ ਹੈ, ਲੋਕਾਂ ਨੂੰ ਇਤਰਾਜ਼ ਹੈ। ਲੋਕ ਕਹਿੰਦੇ ਬਲੈਕ ਥੰਡਰ ਕਰਾਉਣ ਵਾਲੇ ਇਹ ਸੀ ਚੰਦੂ ਮਾਜਰਾ ਜੀ ਸੀ। ਤੁਸੀਂ ਪਾਰਟੀ ਨੂੰ ਹਮਲਾ ਕਰੋ ਉਸ ਟਾਈਮ ਜਦ ਪਾਰਟੀ ਕਮਜ਼ੋਰ ਹੋਵੇ। ਦੇਖੋ ਮੈਂ ਸਮਝਦਾ ਕਿ ਜਦ ਆਪਣਾ ਘਰ ਕਮਜ਼ੋਰ ਹੋਵੇ ਉਦੋਂ ਤਾਂ ਲੜਾਈ ਝਗੜੇ ਛੱਡ ਦਿਓ। ਜਦ ਪਾਰਟੀ ਸ਼ਕਤੀ 'ਚ ਹੋਵੇ, ਸਟਰੋਂਗ ਹੋਵੇ, ਉਦੋਂ ਚੱਕੋ ਇਸ਼ੂ। ਉਦੋਂ ਤਾਂ ਤੁਸੀਂ ਆਪਣਾ ਮਲਾਈ ਉੱਤੋਂ ਲਾ ਕੇ ਮੌਜ ਕਰਦੇ ਹੋ। ਮਿਨਿਸਟਰੀ ਲੈ ਲਈ, ਮੌਜ ਕੀਤਾ, ਐਮ ਪੀ ਬਣ ਗਏ, ਮੌਜ ਕੀਤਾ, ਹੈਂ। ਉਦੋਂ ਤਾਂ ਤੁਸੀਂ ਬੋਲਦੇ ਨਹੀਂ। ਜਦ ਪਾਵਰ ਚਲੇ ਜਾਂਦੀ ਹੈ, ਤੁਹਾਡੇ ਖਾਣ ਨੂੰ ਕੁਛ ਨਹੀਂ ਰਿਹਾ, ਫਿਰ ਬੋਲਣਾ ਸ਼ੁਰੂ ਕਰ। 40-40 ਸਾਲ ਦੇ ਰਾਜ ਭਾਗ, ਮੰਤਰੀ, ਐਮ ਪੀ, ਫਿਰ ਚਲੋ ਪਾਰਟੀ ਚਲੀ ਜੀ, ਜਦ ਓਪੋਜੀਸ਼ਨ 'ਚ ਵੀ ਹੈ ਫਿਰ ਵੀ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਦੇ ਵਿੱਚ ਹੋ, ਤੁਸੀਂ ਫਿਰ ਪਾਰਟੀ ਨੂੰ ਇੰਨੇ ਸੌਖੇ ਛੱਡ ਜਾਂਦੇ ਹੋ, ਤੁਹਾਡੀ ਆਤਮਾ ਇਜਾਜ਼ਤ ਕਿਵੇਂ ਦਿੰਦੀ ਹੈ। ਤੁਹਾਨੂੰ ਵੀ ਕਾਫੀ ਪਾਰਟੀਜ਼ ਨੇ ਅਪਰੋਚ ਕੀਤਾ, ਚਾਹੇ ਬੀਜੇਪੀ ਹੈ, ਕਹਿ ਦੀ ਇਸ ਟਾਈਮ ਬੀਜੇਪੀ ਦਾ ਵੀ ਕਾਫੀ ਮਤਲਬ ਹਾਈਲਾਈਟ ਹੈ, ਬੀਜੇਪੀ ਵੀ ਤੁਹਾਨੂੰ ਵੀ ਕਾਫੀ ਪਾਰਟੀ ਨੇ ਅਪਰੋਚ ਕੀਤਾ, ਤੁਸੀਂ ਕਿਉਂ ਨਹੀਂ ਗਏ, ਕੀ ਰੀਜ਼ਨ ਸੀਗਾ? ਮੈਂ ਦੱਸਦਾ, ਮੈਂ ਇੱਕ ਵਾਰ, ਮੈਨੂੰ ਲੱਗਿਆ ਪਾਰਟੀ ਦੀ ਵਰਕਿੰਗ ਸਹੀ ਜੀ, ਮੈਂ ਵਿਦ ਇਨ ਦੀ ਪਾਰਟੀ ਬਹੁਤ ਬੋਲਿਆ, ਇਹ ਸਾਰੇ ਲੀਡਰਾਂ ਨੇ ਮੇਰੇ ਨੇ ਕਿਸੇ ਨੇ ਮਦਦ ਨਹੀਂ। ਸਾਡਾ ਇੱਕ ਸ਼ਿਮਲੇ 'ਚ ਹੋਇਆ ਸੈਸ਼ਨ, ਉੱਥੇ ਮੈਂ ਇਕੱਲਾ ਬੰਦਾ 45 ਮਿੰਟ ਉਪਿੰਦਰਜੀਤ ਕੌਰ ਦੇ ਅਗੇਂਸਟ ਬੋਲਦਾ ਰਿਹਾ, ਉਹਦੀ ਵਰਕਿੰਗ ਨੂੰ ਲੈ ਕੇ ਅਤੇ ਕਰਪਸ਼ਨ ਲੈ ਕੇ। ਦੇ ਨੈਵਰ ਸਪੋਰਟਡ ਮੀ। ਇਹ ਚੰਦੂ ਬਾਜਰਾ ਵੀ ਵਿੱਚ ਸੀ, ਕਾਰਨ ਮੇਰੇ ਨਾਲ ਅੱਖਾਂ ਨਾਲ ਅੱਖ ਰਲਾ ਕੇ ਗੱਲ ਕਰਨ, ਮੁਰਕਾ ਸਾਹਿਬ ਵੀ ਉੱਥੇ ਸੀ, ਇਹ ਰਖੜਾ ਸਾਹਿਬ ਵੀ ਉੱਥੇ ਸੀ। ਮਨਪ੍ਰੀਤ ਬਾਦਲ ਨੇ ਐਂਡ 'ਚ ਸਪੋਰਟ ਕੀਤਾ ਕਿ ਗੰਢਿਆਂ ਦਾ ਤਾਜ ਹੈ ਜੀ ਇਹ, ਐਂਡ ਮੈਂ ਬੋਲਿਆ। ਜਦ ਮੈਨੂੰ ਲੱਗਿਆ ਕਿ ਪਾਰਟੀ ਦੀ ਦਿਸ਼ਾ ਸਹੀ ਨਹੀਂ ਹੈ, ਮੈਂ ਅਸਤੀਫਾ ਦੇ ਕੇ ਘਰ ਬੈਠ ਗਿਆ। ਮੈਨੂੰ ਜਦ ਲੋਕਾਂ ਨੇ ਪੁੱਛਿਆ, ਮੈਂ ਜਲੰਧਰ ਕੇਸ ਕਰਨ ਗਿਆ ਹੋਇਆ ਸੀ ਕੋਰਟ 'ਚ, ਉੱਥੇ ਸਾਰਾ ਮੀਡੀਆ ਪਹੁੰਚ ਗਿਆ, ਕਹਿੰਦੇ ਕਿਉਂ ਛੱਡਿਆ। ਮੈਂ ਕਿਹਾ ਜੀ ਮੈਂ ਵਕਾਲਤ ਸ਼ੁਰੂ ਕਰਾਂ, ਮੇਰਾ ਧਰਮ ਨਹੀਂ ਕਿ ਮੈਂ ਡੈਮੇਜ ਕਰਾਂ ਆਪਣੀ ਪਾਰਟੀ ਨੂੰ, ਠੀਕ ਹੈ। ਜੇ ਮੇਰੀ ਨਹੀਂ ਚੱਲਦੀ ਤਾਂ ਮੈਂ ਕਿਨਾਰੇ ਬੈਠ ਗਿਆ। ਮੈਨੂੰ ਕੈਪਟਨ ਅਮਰਿੰਦਰ ਜੀ ਨਾਲ 1-to-1 ਮੀਟਿੰਗ ਹੋਈ, ਮੈਂ ਉਹਦੀ ਤਾਰੀਫ ਕਰਨਾ। ਉਹਨਾਂ ਨੇ ਮੈਨੂੰ ਕਿਹਾ ਮੈਂ ਤੈਨੂੰ ਲੁਧਿਆਣਾ ਵੈਸਟ ਨਹੀਂ ਦੇ ਸਕਦਾ, ਜਿਹੜੀ ਮਰਜ਼ੀ ਟਿਕਟ ਲੈ, ਮੈਂ ਤੈਨੂੰ ਹੁਣੀ ਮੈਨੀਫੈਸਟੋ ਕਮੇਟੀ 'ਚ ਨਾਲ ਲੈਣਾ। ਮੈਂ ਕਿਹਾ ਸਰ ਸੋਰੀ। ਕਾਫੀ ਅਪਰੋਚ ਤੁਸੀਂ ਛੱਡ ਚੁੱਕੇ ਹੋ। ਮੈਂ ਕਿਹਾ ਮੈਂ ਜੁਆਇਨ ਨਹੀਂ ਕਰ ਸਕਦਾ ਤੁਹਾਨੂੰ, ਕਿਉਂਕਿ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਟੇਜ ਤੋਂ ਮਾੜਾ ਬੋਲੋਗੇ ਅਤੇ ਮੈਂ ਉਹਨਾਂ ਦੀ ਇੱਜ਼ਤ। ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਮੇਰੀ ਗੱਲ ਹੋਈ, ਆਮ ਆਦਮੀ ਪਾਰਟੀ ਦੇ ਲੀਡਰਸ ਨੇ ਨਾਰਾਜ਼ਗੀ ਵੀ ਮੇਰੇ ਨਾਲ ਜ਼ਾਹਰ ਕੀਤੀ ਕਿ ਤੂੰ ਸਾਡੇ ਨਾਲ ਬੈਠ ਕੇ ਸਾਨੂੰ ਨਿੰਦੀ ਕਿਉਂ ਜਾਂਦਾ। ਮੈਨੂੰ ਕਿਹਾ ਸੀ ਗੱਲ ਕਰਨੀ, ਮੈਂ ਮੋਸਟ ਵੈਲਕਮ, ਮੇਰੇ ਘਰ ਆ ਜਾਓ। ਕਹਿੰਦੇ ਨਹੀਂ ਅਲੱਗ ਬਣ, ਮੈਂ ਅਲੱਗ ਬਹਿ ਜਾਓ। ਮੈਂ ਕਿਹਾ ਮੈਂ ਕਿਉਂ ਜੁਆਇਨ ਕਰਾਂ ਤੂੰ, ਪਹਿਲਾਂ ਦੱਸੋ ਹਾਓ ਯੂ ਆਰ ਡਿਫਰੈਂਟ। ਮੈਂ ਬੁਨਿਆਦੀ ਸਵਾਲ ਕੀਤੇ, ਮੈਂ ਕਿਹਾ ਜੋ ਕੁਛ ਤੁਸੀਂ ਮੈਨੂੰ ਆਫਰ ਕਰਿਆ ਤਾਂ ਮੈਂ ਲੈ ਚੁੱਕਾ ਆਪਣੀ ਪਾਰਟੀ ਤੋਂ, ਅਤੇ ਮੈਂ ਕਿਉਂ ਛੱਡਾਂ ਆਪਣੀ ਪਾਰਟੀ। ਦੁੱਖ ਇਹ ਹੈ ਕਿ ਅੱਜ ਲੋਕਾਂ ਦਾ ਰੁਝਾਵ ਇਹ ਹੋ ਗਿਆ ਕਿ ਕਿੱਥੋਂ ਸੱਤਾ ਮਿਲਦੀ, ਸੋ ਸੱਤਾ ਨਾਲ ਪ੍ਰਭਾਵਿਤ ਹੋ ਕੇ ਜਾ ਰਹੇ। ਜਿਵੇਂ ਮੱਖੀ ਨਹੀਂ ਜਾਂਦੀ ਹੁੰਦੀ, ਜਿੱਥੇ ਗੁੜ ਪਿਆ, ਜਿੱਥੇ ਗੰਦ ਪਿਆ, ਉੱਥੇ ਜਾਓ।
ਇਹ ਮੱਖੀਆਂ ਜਿਹੜੀਆਂ ਗੰਦ 'ਤੇ ਵੀ ਜਾਣਾ ਚਲੇ ਜਾਣਗੀਆਂ, ਗੁੜ 'ਤੇ ਵੀ ਚਲੇ ਜਾਣਗੀਆਂ। ਕਾਂਗਰਸ ਵਰਗੀਆਂ ਪਾਰਟੀਜ਼ ਹੈ ਜਿਹੜੇ ਬਲਿਊ ਸਟਾਰ ਵੀ ਕਰਾਉਣ, ਠੀਕ ਹੈ। ਉਹਦੇ ਇਲਾਵਾ ਮੋਸਟ ਕੋਮਨਲ ਪਾਰਟੀ ਹੈ ਜੇ ਅੱਜ ਦੀ ਡੇਟ 'ਚ ਵੀ ਤਾਂ ਕਾਂਗਰਸ ਹੈ, ਬਿਕੋਜ਼ ਕਾਸਟ ਇਹ ਯੂਜ਼ ਕਰਦੇ ਆ, ਰਿਲੀਜਨ ਇਹ ਯੂਜ਼ ਕਰਦੇ ਆ, ਕਿਹੜੀ ਚੀਜ਼ ਜਿਹੜੀ ਯੂਜ਼ ਨਹੀਂ ਕਰਦੇ, ਐਂਡ ਦੈਨ ਦੇ ਕਲੇਮ ਦੇ ਆਰ ਸੈਕੂਲਰ। ਜੇ ਮੈਂ ਸ਼ੀਸ਼ੇ ਅੱਗੇ ਖੜ੍ਹ ਕੇ ਆਪਣੀ ਸ਼ਕਲ ਦੇਖ ਕੇ ਕਹਾਂ ਯਾਰ ਹਰੀਸ਼ ਤੂੰ ਦਿਖਾਵਾ ਜਾ, ਪਾਰਟੀ ਨੂੰ ਧੋਖਾ ਦੇ ਗਿਆ, ਲਾਣਾ ਤਾਂ ਮੈਂ ਤਾਂ ਮਰ ਜੂੰਗਾ, ਜਿਉਂਦਾ ਹੀ ਮਰ ਜੂ। ਹੁਣ ਇਹ ਬੰਦੇ ਕਿਹੜੇ ਮੂੰਹ ਨਾਲ ਅਕਾਲੀ ਦਲ ਨੂੰ ਮਾੜਾ ਕਹਿਣਗੇ, ਇਹ ਅਕਾਲ ਤਖ਼ਤ 'ਤੇ ਸੌਹਾਂ ਖਾਣੀਆਂ। ਮੈਂ ਤਾਂ ਸ਼ਰੇਆਮ ਕਹਿੰਦਾ, ਮੈਂ ਚਰਨਜੀਤ ਜੀ ਨੂੰ ਕਿਹਾ ਉੱਥੇ ਨਾ ਦਿੱਤੇ ਇੰਟਰਵਿਊ ਸੀ ਕਿ ਉੱਥੇ ਇਹਨਾਂ ਨੂੰ ਇਹ ਵੀ ਸੌਹਾਂ ਖਵਾ ਦਿਓ, ਬੀਬੀ ਜਗੀਰ ਕੌਰ ਨੂੰ ਅਤੇ ਮਲੂਕਾ ਜੀ ਨੂੰ ਅਤੇ ਢੀਂਸਾ ਸਾਹਿਬ ਨੂੰ, ਕਿ ਤੁਸੀਂ ਅਕਾਲੀ ਦਲ ਨੂੰ ਵੋਟ ਪਾਈ। ਵੋਟ ਤਾਂ ਤੁਸੀਂ ਪਾਈ ਨਹੀਂ ਅਕਾਲੀ ਦਲ ਨੂੰ, ਮੁਖਾਲਫਤ ਤੁਸੀਂ ਅਕਾਲੀ ਦਲ ਦੀ ਕੀਤੀ, ਹੁਣ ਤੁਸੀਂ ਅਕਾਲੀ ਦਲ ਨੂੰ ਤਕੜਾ ਕਰਨ ਲਈ ਜਾ ਰਹੇ ਹੋ। ਦੇਖੋ ਸਾਡਾ ਤਾਂ ਜਿਹੜੀ ਕਹਿੰਦੇ ਨਾ ਜਿਹਨੂੰ ਸਾਡਾ ਗੱਡਾ ਤਾਂ ਇਹਨਾਂ ਨੇ ਲੀਹੋਂ ਲਾ ਦਿੱਤਾ। ਹੁਣ ਜਿਹੜੇ ਪਾਰਟੀਜ਼ ਹੈਗੀਆਂ, ਮੈਂ ਇੰਨਾ ਦੱਸ ਦਿੰਦਾ ਕਿ ਆਮ ਆਦਮੀ ਪਾਰਟੀ ਨਹੀਂ ਜਿੱਤੂਗੀ। ਇਹ ਕਿਸ ਤਰ੍ਹਾਂ ਲੱਗਦਾ, ਸੀ ਐਮ ਭਗਵੰਤ ਮਾਨ ਤਾਂ ਆਪਣੀ ਰਿਹਾਇਸ਼ ਛੱਡ ਕੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਪਣੀ ਫੈਮਿਲੀ ਨਾਲ ਰਹਿ ਰਹੇ? ਜੇ ਇੱਕ ਬੰਦਾ ਆਪਣਾ ਘਰ ਛੱਡ ਕੇ, ਠੀਕ ਹੈ, ਜਿੱਥੇ ਪਿੜ ਪਿਆ ਹੋਵੇ, ਦਾਣੇ ਪਏ ਹੋਣ, ਉੱਥੇ ਰਾਖੀ ਲਈ ਬੈਠੇ ਹੋ, ਇਹਦਾ ਮਤਲਬ ਉਹਨੂੰ ਚੋਰੀ ਦਾ ਡਰ ਹੈ। ਜੇ ਆਇਆ ਹੈ ਤੁਹਾਨੂੰ ਸੀਟ ਖੁਸਦੀ ਲੱਗਦੀ ਹੈ, ਇੰਨੇ ਹੀ ਬਹੁਤ ਹੈ। ਭਗਵੰਤ ਮਾਨ ਦੀ ਐਡਮਿਸ਼ਨ ਹੈ ਜਲੰਧਰ ਆਉਣਾ ਕਿ ਉਹ ਸੀਟ ਦਾ ਖਤਰਾ ਉਹਨੂੰ ਨਜ਼ਰ ਆ ਰਿਹਾ, ਇਕੱਲਾ ਸੀਟ ਦਾ ਖਤਰਾ ਨਜ਼ਰ ਆ ਰਿਹਾ। ਭਗਵੰਤ ਮਾਨ ਦੀ ਕੁਰਸੀ ਜਾਂਦੀ ਲੱਗਦੀ ਹੈ। ਭਗਵੰਤ ਮਾਨ ਬੀਜੇਪੀ ਦਾ ਬਿਠਾਇਆ ਹੋਇਆ ਚੀਫ ਮਿਨਿਸਟਰ ਹੈ, ਕੇਜਰੀਵਾਲ ਦਾ ਨਹੀਂ ਹੈ। ਜੇ ਤੁਹਾਡੀ ਪਾਰਟੀ ਜਿੱਤ ਜਾਂਦੀ ਹੈ ਤਾਂ ਤੁਸੀਂ ਕਿਹੜੇ ਮੁੱਦੇ ਲੈ ਕੇ ਆਓਗੇ, ਤੇ ਤੁਸੀਂ ਇਹ ਜਿਹੜੇ ਮੁੱਦੇ ਨੇ ਆਮ ਆਦਮੀ ਪਾਰਟੀ ਹੱਲ ਨਹੀਂ ਕਰ ਪਾਈ, ਕੀ ਕਰੋਗੇ ਇਹਨਾਂ ਦਾਅਵਾ ਕਰ? ਅਸੀਂ ਆਪਣੇ ਪੁਰਾਣੇ 10 ਸਾਲ ਦੇ ਰਾਜ ਦਾ ਯਾਦ ਕਰਾਂਗੇ ਜਿਹੜਾ ਲੋਕੀ ਮਿਸ ਕਰਦੇ। ਤਾਂ ਗੱਲ ਕਰ ਲੈਂਦੇ ਹਾਂ ਜਲੰਧਰ ਜ਼ਿਮਨੀ ਚੋਣਾਂ ਦੀ, ਜਿੱਥੇ ਜਲੰਧਰ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਅਤੇ ਕਾਫੀ ਪਾਰਟੀਆਂ ਦੇ ਵਿੱਚ ਹਲਚਲ ਮਚੀ ਹੋਈ ਨਜ਼ਰ ਆ ਰਹੀ ਹੈ। ਅਤੇ ਉੱਧਰ ਹੀ ਸਾਡੇ ਨਾਲ ਅੱਜ ਖਾਸ ਇੰਟਰਵਿਊ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਐਡਵੋਕੇਟ ਹਰੀਸ਼ ਰਾਏ ਟਾਂਡਾ ਜੀ ਮੌਜੂਦ ਰਹਿਣਗੇ, ਗੱਲਬਾਤ ਕਰ ਲੈਂਦੇ। ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਬਿਲੋਂਗ ਕਰਦੇ ਨੇ ਅਤੇ ਕਾਫੀ ਪਾਰਟੀਆਂ ਵੱਲੋਂ ਇਹਨਾਂ ਨੂੰ ਅਪਰੋਚ ਕੀਤੀ ਗਈ ਹੈ, ਪਰ ਇਹਨਾਂ ਨੇ ਆਪਣੀ ਪਾਰਟੀ ਜਿਹੜੀ ਕੀ ਹੈ ਨਹੀਂ ਛੱਡੀ ਹੈ ਕਦੇ ਵੀ। ਅਤੇ ਇਸ ਟਾਈਮ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਿਸ ਤਰ੍ਹਾਂ ਆਪਾਂ ਜਲੰਧਰ ਜ਼ਿਮਨੀ ਚੋਣਾਂ ਦੀ ਗੱਲ ਕਰ ਲੈਂਦੇ ਹਾਂ, ਉੱਥੇ ਅਗਰ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਅਤੇ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ, ਕਾਫੀ ਪਾਰਟੀਜ਼ ਵੱਲੋਂ ਤੁਹਾਨੂੰ ਅਪਰੋਚ ਵੀ ਕੀਤਾ ਗਿਆ ਹੈ, ਕਹਿ ਦਈਏ ਤੁਸੀਂ ਆਪਣੀ ਪਾਰਟੀ 'ਤੇ ਮਜ਼ਬੂਤ ਬਣੇ ਹੋਏ ਹੋ, ਅਟਲ ਹੋ ਤੁਸੀਂ, ਅਤੇ ਉਸ ਬਾਰੇ ਕੀ ਕਹਿਣਾ? ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਕੀ ਹਾਲਾਤ ਨੇ ਇਸ ਟਾਈਮ 'ਤੇ, ਕਿਸ ਤਰ੍ਹਾਂ ਤੁਸੀਂ ਉੱਥੋਂ ਜਲੰਧਰ ਜ਼ਿਮਨੀ ਚੋਣ ਲੜ ਰਹੇ ਹੋ? ਜ਼ਿਮਨੀ ਚੋਣ ਤੋਂ ਪਹਿਲਾਂ ਤਾਂ ਅਸੀਂ ਜ਼ਿਮਨੀ ਸਨ ਲੱਗੀ ਹੈ ਅਕਾਲੀ ਦਲ ਨੂੰ, ਖੈਰ ਗੱਲ ਇਹ ਹੁੰਦੀ ਹੈ ਕਿ ਕਿਸੇ ਵੀ ਜਮਾਤ ਦੇ ਵਿੱਚ ਜਿਹੜੀ ਲੀਡਰਸ਼ਿਪ ਹੁੰਦੀ ਹੈ ਉਹਦੇ ਨਾਲ ਸਾਰੀ ਜਿਹੜੀ ਫੋਲੋਅਰਸ ਹੁੰਦੇ ਆ ਉਹ ਮੁਤਫਿਕ ਨਹੀਂ ਹੁੰਦੇ। ਜੇ ਤੁਸੀਂ ਕਹੋ ਕਿ ਸਾਰੀ ਦੀ ਸਾਰੀ ਬੀਜੇਪੀ ਅੱਜ ਮੋਦੀ ਜੀ ਦੇ ਸਾਰੇ ਐਕਟਸ 'ਤੇ ਰਾਜ਼ੀ ਹੈ, ਨਹੀਂ। ਜੇ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਦੇ ਲੋਕ ਭਗਵੰਤ ਮਾਨ ਜੀ ਦੀ ਵਰਕਿੰਗ 'ਤੇ ਖੁਸ਼ ਹਨ, ਨਹੀਂ। ਡਿਸੈਂਟ ਹੋਣਾ ਇੱਕ ਨੈਚੁਰਲ ਚੀਜ਼ ਹੈ, ਪਰ ਉਹ ਡਿਸੈਂਟ ਨੂੰ ਤੁਸੀਂ ਐਕਸਪ੍ਰੈਸ ਕਿਵੇਂ ਕਰਨਾ? ਹੁਣ ਕਈ ਵਾਰ ਇਹ ਗੱਲ ਹੁੰਦੀ ਹੈ ਕਿ ਤੁਹਾਡੇ ਕੋਲ ਸਫੋਕੇਸ਼ਨ ਹੋ ਜਾਂਦੀ ਹੈ, ਤੁਹਾਨੂੰ ਸਕੋਪ ਨਹੀਂ ਮਿਲਦਾ ਡਿਸੈਂਟ ਕਰਨ ਲਈ। ਬਟ ਜੇ ਜਿਹੜੇ ਬੰਦੇ ਇੱਕ ਸ਼ਿਪ ਦੇ ਰਡਰ ਨੂੰ ਚਲਾਉਣ ਵਾਲੇ ਹੋਣ, ਜਿਹੜਾ ਰਡਰ ਨੂੰ ਕੰਟਰੋਲ ਕਰਦੇ ਹੋਣ, ਉਹ ਕਹਿਣ ਕਿ ਸ਼ਿਪ ਦੀ ਦਿਸ਼ਾ ਹੈ ਜਿਹੜੀ ਉਹਦੇ ਵਿੱਚ ਮੇਰਾ ਰੋਲ ਸੁਣਦਾ ਨਹੀਂ ਕੋਈ, ਇਹ ਤਾਂ ਕਾਬਲੇ ਇਤਵਾਰ ਨਹੀਂ ਹੈ, ਵਿਸ਼ਵਾਸ ਨਹੀਂ ਹੈ।
ਹੁਣ ਇਹ ਚੰਦੂ ਮਾਜਰਾ ਜੀ ਮਲੂਕਾ ਸਾਹਿਬ ਇਹ ਪਾਰਟੀ ਦੇ ਉਸ ਪੋਜੀਸ਼ਨ 'ਚ ਰਹੇ ਹੈ ਜਿੱਥੇ ਇਹ ਕਲੈਕਟਿਵ ਡਿਸੀਜਨਸ ਕਰਦੇ ਰਹੇ ਹੈ। ਹੁਣ ਜਦ ਇਹ ਕਹਿਣ ਅੱਜ ਕਿ ਸੁਖਬੀਰ ਬਾਦਲ ਇਕੱਲਾ ਰਿਸਪੋਂਸੀਬਲ ਹੈ ਇਸ ਸਟੇਜ 'ਤੇ, ਇਸ ਸਟੇਜ 'ਤੇ ਇਹਨਾਂ ਦਾ ਇਹ ਕਹਿਣਾ ਕਿ ਪਾਰਟੀ ਦੇ ਫੈਸਲੇ ਕੁਛ ਗਲਤ ਆ, ਮੁਨਾਸਿਬ ਹੈ ਕਹਿਣਾ ਚਾਹੀਦਾ ਵਿਦ ਇਨ ਦੀ ਪਾਰਟੀ, ਇਹਨਾਂ ਨੂੰ ਕਹਿਣਾ ਚਾਹੀਦਾ ਜੀ ਮੀਟਿੰਗ ਦਿਓ, ਅਸੀਂ ਬੋਲਣਾ ਚਾਹੁੰਦੇ ਹਾਂ, ਮੀਟਿੰਗ ਕਰਦੇ, ਮੀਟਿੰਗ ਰੱਖਦੇ, ਉੱਥੇ ਬੋਲਦੇ, ਅਸੀਂ ਵੀ ਸੁਣਦੇ, ਸਾਡੇ ਵਰਗੇ ਬੰਦੇ ਵੀ ਆਪਣੇ ਗੁੱਸੇ ਕੱਢ ਲੈਂਦੇ, ਅਸੀਂ ਵੀ ਦੱਸ ਦਿੰਦੇ ਅਸੀਂ ਕਿਸ ਗੱਲ ਤੋਂ ਨਾਰਾਜ਼ ਹਾਂ, ਅਸੀਂ ਵੀ ਪੁੱਛ ਲੈਂਦੇ ਚੰਦੂ ਮਾਜਰਾ ਜੀ ਤੁਸੀਂ ਪਟਿਆਲੇ ਨੂੰ ਬਿਲੋਂਗ ਕਰਦੇ ਹੋ, ਅਨੰਦਪੁਰ ਸਾਹਿਬ ਕਿਉਂ ਲੜਦੇ ਹੋ ਜਾ ਕੇ, ਉੱਥੇ ਕੈਪਟਨ ਅਮਰਿੰਦਰ ਜੀ ਹੈ ਇਸ ਲਈ ਲੜਦੇ ਹੋ ਹੈਂ, ਅਤੇ ਤੁਸੀਂ ਜਿੱਦ ਨਾਲ ਦੂਜੀ ਵਾਰ ਜਾ ਕੇ ਫਿਰ ਟਿਕਟ ਲੈਂਦੇ ਹੋ, ਇਹ ਗੱਲਾਂ ਹੋ ਸਕਦਾ ਹੋ ਗਈ ਨਾ, ਉਹਨਾਂ ਨੂੰ ਕਹਿ ਕੇ ਲੜਾਇਆ ਜਾ ਗਿਆ ਹੋਵੇ ਕਿ ਉਹ ਸਟਰੋਂਗ ਕੈਂਡੀਡੇਟ ਹੈ, ਪਰ ਸਾਡੀ ਫੀਲਿੰਗ ਇਹ ਹੈ ਕਿ ਇਹ ਬੰਦੇ ਆਪਣਾ ਤੈਅ ਕਰਦੇ ਹੈ, ਆਪਣੇ ਬੈਨੀਫਿਟਸ ਲੈਂਦੇ ਹੈ, ਅਤੇ ਜਦ ਇਹਨਾਂ ਨੂੰ ਲੱਗਦਾ ਕਿ ਬੈਨੀਫਿਟ ਕਿਤੋਂ ਹੋਰ ਮਿਲ ਜੂ ਉੱਧਰ ਚਲੇ ਜਾਂਦੇ ਆ। ਹੁਣ ਢੀਂਡਸਾ ਸਾਹਿਬ ਦਾ ਲੈ ਲਈਏ, ਐਂਡ ਮੈਂ ਢੀਂਡਸਾ ਸਾਹਿਬ ਦੀ ਇੰਨੀ ਇੱਜ਼ਤ ਕਰਦਾ, ਮੈਂ ਸਮਝਦਾ ਕਿ ਮੇਰੇ ਪੈਰਲਲ ਕੋਈ ਹੋਰ ਥੋੜ੍ਹੇ ਬੰਦੇ ਹੋਣਗੇ ਉਹ ਰਿਸਪੈਕਟਸ ਢੀਂਡਸਾ ਸਾਹਿਬ, ਵਾਏ ਜਦ ਸਾਰੀ ਦੁਨੀਆ ਬਾਦਲ ਸਾਹਿਬ ਨੂੰ ਛੱਡ ਗਈ ਸੀ, ਇਹ ਨਹੀਂ ਸੀ ਛੱਡ ਕੇ ਗਈ, ਇਹ ਮੈਂ ਪੁਰਾਣੀਆਂ ਗੱਲਾਂ ਕਰ ਰਿਹਾ, ਅਤੇ ਬਾਦਲ ਸਾਹਿਬ ਨੇ ਵੀ ਨੈਚੁਰਲੀ ਇਹੋ ਜਿਹੇ ਜਿਹੜਾ ਲੀਡਰ ਹੁੰਦਾ ਉਹਨੂੰ ਪਾਰਟੀ ਸਪੇਸ ਮਿਲਦੀ ਹੈ, ਐਂਡ ਢੀਂਡਸਾ ਸਾਹਿਬ ਨੇ ਸੰਗਰੂਰ ਦੇ ਵਿੱਚ ਕੋਈ ਸੈਕਿੰਡ ਗ੍ਰੇਡ ਲੀਡਰ ਉੱਠਣ ਨੂੰ ਦਿੱਤਾ। ਸੰਗਰੂਰ ਜਿਹਨੂੰ ਅਸੀਂ ਇੱਕ ਸਮੇਂ ਕਿਹਾ ਜਾਂਦਾ ਸੀ ਕਿ ਅਕਾਲੀ ਦਲ ਦਾ ਉਹ ਗੜ੍ਹ ਹੈ, ਐਂਡ ਅਕਾਲੀ ਦਲ ਸਦਾ ਉੱਥੋਂ ਜਿੱਤਦਾ ਸੀ, ਉੱਥੇ ਪੋਜੀਸ਼ਨ ਇਹ ਕਰਤੀ ਕਿ ਅਕਾਲੀ ਦਲ ਦੀ ਆਪਸ 'ਚ ਇੰਨੀਆਂ ਲੜਾਈਆਂ ਹੋ ਗਈਆਂ ਕਿ ਅਕਾਲੀ ਦਲ ਜਿੱਤਣ ਯੋਗ ਨਹੀਂ ਰਹੇ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗੱਲ ਕਰ ਰਹੀ ਹੈ, ਚਾਹੇ ਤੁਸੀਂ ਸੰਗਰੂਰ ਦੀ ਗੱਲ ਕਰ ਰਹੇ ਹੋ, ਚਾਹੇ ਕਿਸੇ ਵੀ ਜ਼ਿਲ੍ਹੇ ਦੀ, ਇਸ ਟਾਈਮ ਮਜ਼ਬੂਤ ਕਿਉਂ ਨਹੀਂ ਨਜ਼ਰ ਆ ਰਹੀ ਹੈ, ਕਿਉਂ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਨਹੀਂ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲ ਵਧਣਾ? ਜਦ ਆਪਣੇ ਹੀ ਬੰਦੇ ਆਪਣੀਆਂ ਲੱਤਾਂ ਖਿੱਚਣਗੇ ਉਦੋਂ ਪਾਰਟੀ ਸਟਰੋਂਗ ਨਹੀਂ ਹੁੰਦੀ। ਯਾਨੀ ਕਿ ਪਾਰਟੀ ਦੇ ਵਿੱਚ ਬੰਦੇ ਹੀ ਐਸੇ ਨੇ ਕੁਝ ਕਿ ਪਾਰਟੀ ਜਿਹੜੀ ਕਿ ਮਜ਼ਬੂਤ ਨਹੀਂ ਹੈ ਆਪਸ ਦੇ ਵਿੱਚ, ਇਹ ਕਹਿਣਾ ਤੁਹਾਡਾ? ਇਹ ਗੱਲ ਨਹੀਂ ਹੁੰਦੀ ਜੀ। ਜਦ ਸਾਡੇ ਮੋਢੀ ਆਪਣੇ ਨਿੱਜੀ ਮਫਾਦ ਨੂੰ ਲੈ ਕੇ ਅੱਗੇ ਚੱਲਣਗੇ ਫਿਰ ਕੀ ਬਣੂਗਾ ਜੀ? ਹੁਣ ਤੁਸੀਂ ਦੱਸੋ ਕਿ ਛੱਡ ਕੇ ਗਏ ਢੀਂਡਸਾ ਸਾਹਿਬ, ਉਸ ਟਾਈਮ ਇਹਨਾਂ ਨੇ ਪੂਰੇ ਪੰਜਾਬ 'ਚ ਮੁਹਿੰਮ ਚਲਾਈ ਜੀ, ਸੁਖਬੀਰ ਬਾਦਲ ਜੀ ਦੀ ਨਿੰਦਾ ਕੀਤੀ, ਇਹ ਕਿਹਾ ਕਿ ਮੈਨੂੰ ਕੋਈ ਇਸ਼ੂ ਨਹੀਂ ਹੈ, ਸੁਖਬੀਰ ਪ੍ਰਧਾਨਗੀ ਛੱਡ ਦੇਵੇ ਆ ਜਾਵਾਂਗੇ, ਜਿਵੇਂ ਆਹ ਬੋਲ ਰਹੇ ਹਾਂ ਇਹੀ ਆਵਾਜ਼ ਸੀ ਉਹਨਾਂ ਦੀ ਜੀ। ਅਤੇ ਫਿਰ ਜਦ ਮੁੜ ਕੇ ਇਕੱਠੇ ਹੋਏ ਵਾਪਸ ਆਏ ਉਦੋਂ ਕੀ ਬਦਲ ਗਿਆ ਸੀ? ਸੁਖਬੀਰ ਜੀ ਨੇ ਛੱਡਤੀ ਸੀ ਪ੍ਰਧਾਨਗੀ, ਫਿਰ ਸਭ ਕੁਛ ਠੀਕ ਸੀ। ਜੇ ਟਿਕਟ ਇਹਨਾਂ ਨੂੰ ਨਹੀਂ ਮਿਲੀ, ਟਿਕਟ ਝੁੰਦੇ ਨੂੰ ਮਿਲ ਗਈ, ਫਿਰ ਸੁਖਬੀਰ ਭੈੜਾ ਹੋ ਗਿਆ। ਸੋ ਇਹਦੇ ਤੋਂ ਕੀ ਲਾਓਗੇ ਤੁਸੀਂ ਕਿ ਜਿਹੜਾ ਮੇਨ ਵਜ੍ਹਾ ਹੈ ਉਹ ਵਜ੍ਹਾ ਨਿੱਜੀ ਮਫਾਸ ਹੈ, ਉਹ ਇਹ ਨਹੀਂ ਹੈ ਕਿ ਜਿਹੜੀਆਂ ਗੱਲਾਂ ਕਹਿੰਦੇ ਹੈ ਉਹ ਨਹੀਂ ਹੈ। ਹੁਣ ਚੰਦੂ ਮਾਜਰਾ ਜੀ ਨੂੰ ਲੈ ਲਓ, ਚੰਦੂ ਮਾਜਰਾ ਜੀ ਪਾਰਟੀ ਦੇ ਉਹ ਚਾਰ ਪੰਜ ਚਿਹਰੇ ਹੈ ਜਿਹਨਾਂ ਜਿਹੜੇ ਫੈਸਲਾ ਕਰਦੇ ਸੀ, ਇੱਕ ਐਕਸਟਰਾ ਕੌਂਸਟੀਟਿਊਸ਼ਨਲ ਅਥੋਰਿਟੀ ਬਣੇ ਹੋਏ ਸੀ ਜਿਹਨੂੰ ਕਿਹਾ ਜਾਂਦਾ ਹੈਗਾ ਕੋਰ ਕਮੇਟੀ। ਕੋਰ ਕਮੇਟੀ ਸਾਡੇ ਅਕਾਲੀ ਦਲ ਦੇ ਕੌਂਸਟੀਟਿਊਸ਼ਨ 'ਚ ਕੋਈ ਨਹੀਂ ਹੈ, ਇਹ ਇਸ ਲਈ ਕੱਢੀ ਗਈ ਹੈ ਕਿ ਜਿਹੜੀ ਵਰਕਿੰਗ ਕਮੇਟੀ ਆ ਉਹ 100 ਬੰਦਿਆਂ ਦੀ ਹੈ, ਉਹ ਕਦ ਇਕੱਠੇ ਹੋਣਗੇ, ਕਦ ਫੈਸਲੇ ਲੈਣਗੇ, ਜਦ ਕੋਈ ਇਮੀਡੀਏਟਲੀ ਜਲਦੀ ਫੈਸਲੇ ਲੈਣੇ ਹੁੰਦੇ ਤਾਂ ਕੋਰ ਕਮੇਟੀ ਲੈ ਲੈਂਦੀ ਹੈ ਜੀ। ਪਰ ਇਹ ਕੋਰ ਕਮੇਟੀ ਦੇ ਵਿੱਚ ਹੋ ਕੇ ਸਾਰੇ ਫੈਸਲੇ ਲੈ ਕੇ ਅਤੇ ਫਿਰ ਇਹ ਉਹਨੂੰ ਨੁਕਸ ਕੱਢਣ ਸੁਖਬੀਰ ਨੂੰ, ਇੱਕ 7 ਵਜੇ ਦੇ ਫਿਰ ਇਹਨਾਂ ਨੂੰ ਕੁਛ, ਦੇਰ ਇਜ਼ ਸਮਥਿੰਗ ਐਲਸ, ਕੋਈ ਫਿਸ਼ੀ ਹੈ ਜੀ। ਮੇਰੀ ਤਾਂ ਇੰਨੀ ਕੁ ਗੱਲ ਹੈ ਕਿ ਇਹਨਾਂ ਨੂੰ ਪਾਰਟੀ 'ਚ ਗੱਲ ਕਰਨੀ ਚਾਹੀਦੀ ਸੀ, ਇੱਦਾਂ ਬਾਹਰ ਜਾ ਕੇ ਨਹੀਂ ਗੱਲ ਕਰਨੀ ਚਾਹੀਦੀ। ਸਾਨੂੰ ਤਾਂ ਤੁਹਾਡੇ 'ਤੇ ਬੜੇ ਇਤਰਾਜ਼ ਹੈ, ਲੋਕਾਂ ਨੂੰ ਇਤਰਾਜ਼ ਹੈ, ਲੋਕ ਕਹਿੰਦੇ ਬਲੈਕ ਥੰਡਰ ਕਰਾਉਣ ਵਾਲੇ ਇਹ ਸੀ
ਚੰਦੂ ਮਾਜਰਾ ਜੀ ਸੀ, ਪਰ ਲੀਵ ਦੀਸ ਥਿੰਗਸ ਅਪਾਰਟ। ਤੁਸੀਂ ਪਾਰਟੀ ਨੂੰ ਹਮਲਾ ਕਰੋ ਉਸ ਟਾਈਮ ਜਦ ਪਾਰਟੀ ਕਮਜ਼ੋਰ ਹੋਵੇ, ਕਦੇ ਨਹੀਂ। ਦੇਖੋ ਮੈਂ ਸਮਝਦਾ ਕਿ ਜਦ ਆਪਣਾ ਘਰ ਕਮਜ਼ੋਰ ਹੋਵੇ ਉਦੋਂ ਤਾਂ ਲੜਾਈ ਝਗੜੇ ਛੱਡ ਦੇਣੇ ਚਾਹੀਦੇ। ਜਦ ਪਾਰਟੀ ਸ਼ਕਤੀ 'ਚ ਹੋਵੇ, ਸਟਰੋਂਗ ਹੋਵੇ, ਉਦੋਂ ਚੱਕੋ ਇਸ਼ੂ। ਉਦੋਂ ਤਾਂ ਤੁਸੀਂ ਆਪਣਾ ਮਲਾਈ ਉੱਤੋਂ ਲਾ ਕੇ ਮੌਜ ਕਰਦੇ ਹੋ, ਮਿਨਿਸਟਰੀ ਲੈ ਲਈ ਮੌਜ ਕੀਤਾ, ਐਮ ਪੀ ਬਣ ਗਏ ਮੌਜ ਕੀਤਾ, ਹੈਂ। ਉਦੋਂ ਤਾਂ ਤੁਸੀਂ ਬੋਲਦੇ ਨਹੀਂ, ਜਦ ਪਾਵਰ ਚਲੇ ਜਾਂਦੀ ਹੈ, ਤੁਹਾਡੇ ਖਾਣ ਨੂੰ ਕੁਛ ਨਹੀਂ ਰਿਹਾ, ਫਿਰ ਬੋਲਣਾ ਸ਼ੁਰੂ ਕਰ ਦਿਓ। ਇਹ ਤਾਂ ਮੁਨਾਸਬ ਨਹੀਂ ਨਾ। ਦੇਖੋ ਉਹ ਬੰਦੇ ਵੀ ਪਾਰਟੀ ਨਾਲ ਹੈ ਜਿਨ੍ਹਾਂ ਨੇ ਪਾਰਟੀ ਤੋਂ ਲਿਆ ਹੀ ਕੁਛ ਨਹੀਂ ਕਰਦੇ। ਪਾਰਟੀ ਦੇ ਵਿੱਚ ਜਦ ਉਮੀਦਵਾਰ ਕੈਂਡੀਡੇਟਸ ਅਦਲ ਬਦਲ ਕਰਦੇ ਹੈ ਤਾਂ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ, ਚਾਹੇ ਕੋਈ ਵੀ ਪਾਰਟੀ ਹੈ? ਦੇਖੋ 117 MLA ਹੁੰਦੇ, ਮੈਂ ਉਹਨਾਂ 'ਚੋਂ ਇੱਕ ਇਲੈਕਟਿਡ ਹੋ ਕੇ ਇੱਕ ਵਾਰ ਗਿਆ, ਜਸਟ ਵਾਂਸ ਜੀ। ਅਤੇ ਮੈਨੂੰ ਇੱਕ ਉਹ ਫਰਜ਼ੀ ਜੀ ਹੁੰਦੀ ਹੈ ਮਿਨਿਸਟਰੀ CPS, ਪੱਲੇ ਕੁਛ ਨਹੀਂ ਹੁੰਦਾ, ਮੈਂ ਤਾਂ ਜਾਣਾ ਨਹੀਂ ਸੀ ਚਾਹੁੰਦਾ, ਪਤਾ ਨਹੀਂ ਕਿਉਂ ਜ਼ਬਰਦਸਤੀ ਲਾ ਦਿੱਤਾ ਸੀ। ਅਤੇ ਮੈਂ ਅੱਜ ਤੱਕ ਪਾਰਟੀ ਦਾ ਅਸਾਨ ਮੰਨਦਾ ਕਿ ਪਾਰਟੀ ਨੇ ਮੈਨੂੰ ਚੁਣ ਕੇ MLA ਬਣਾਇਆ, ਉੱਥੇ ਪਹੁੰਚਾਇਆ, ਐਂਡ ਮੈਂ ਇੱਥੇ ਤੱਕ ਰੱਜਿਆ ਹੋਇਆ, ਮੈਨੂੰ ਪੂਰਾ ਸਬਰ ਹੈ। ਇਹ ਤਾਂ ਕਈ ਕਈ ਵਾਰ ਮੰਤਰੀ 40-40 ਸਾਲ ਦੇ ਰਾਜ ਭਾਗ, ਮੰਤਰੀ, MP, ਫਿਰ ਚਲੋ ਪਾਰਟੀ ਚਲੀ ਜੀ ਜਦ ਓਪੋਜੀਸ਼ਨ 'ਚ ਵੀ ਹੈ, ਫਿਰ ਵੀ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਦੇ ਵਿੱਚੋਂ ਤੁਸੀਂ ਫਿਰ ਪਾਰਟੀ ਨੂੰ ਇੰਨੇ ਸੌਖੇ ਛੱਡ ਜਾਂਦੇ ਹੋ, ਤੁਹਾਡੀ ਆਤਮਾ ਇਜਾਜ਼ਤ ਕਿਵੇਂ ਦਿੰਦੀ ਹੈ? ਜੀ, ਪਰ ਤੁਹਾਨੂੰ ਵੀ ਕਾਫੀ ਪਾਰਟੀਜ਼ ਨੇ ਅਪਰੋਚ ਕੀਤਾ, ਚਾਹੇ BJP ਹੈ, ਕਹਿ ਦਈਏ ਇਸ ਟਾਈਮ BJP ਦਾ ਵੀ ਕਾਫੀ ਮਤਲਬ ਹਾਈਲਾਈਟ ਹੈ, BJP ਵੀ, ਤੁਹਾਨੂੰ ਵੀ ਕਾਫੀ ਪਾਰਟੀ ਨੇ ਅਪਰੋਚ ਕੀਤਾ, ਤੁਸੀਂ ਕਿਉਂ ਨਹੀਂ ਗਏ, ਕੀ ਰੀਜ਼ਨ ਸੀਗਾ? ਮੈਂ ਦੱਸਦਾ, ਮੈਂ ਇੱਕ ਵਾਰ, ਮੈਨੂੰ ਲੱਗਿਆ ਪਾਰਟੀ ਦੀ ਵਰਕਿੰਗ ਸਹੀ ਨਹੀਂ ਜੀ, ਮੈਂ ਵਿਦਿਨ ਦੀ ਪਾਰਟੀ ਬਹੁਤ ਬੋਲਿਆ, ਇਹ ਸਾਰੇ ਲੀਡਰਾਂ ਨੇ ਮੇਰੇ ਨਾਲ ਕਿਸੇ ਨੇ ਮਦਦ ਨਹੀਂ ਕੀਤੀ। ਸਾਡਾ ਇੱਕ ਸ਼ਿਮਲੇ 'ਚ ਹੋਇਆ ਸੈਸ਼ਨ, ਉੱਥੇ ਮੈਂ ਇਕੱਲਾ ਬੰਦਾ 45 ਮਿੰਟ ਉਪਿੰਦਰਜੀਤ ਕੌਰ ਦੇ ਅਗੇਂਸਟ ਬੋਲਦਾ ਰਿਹਾ, ਉਹਦੀ ਵਰਕਿੰਗ ਨੂੰ ਲੈ ਕੇ ਅਤੇ ਕਰਪਸ਼ਨ ਲੈ ਕੇ। ਦੇ ਨੈਵਰ ਸਪੋਰਟਡ ਮੀ, ਇਹ ਚੰਦੂ ਬਾਜਾ ਵੀ ਵਿੱਚ ਸੀ, ਕਰਨ ਮੇਰੇ ਨਾਲ ਅੱਖਾਂ ਨਾਲ ਅੱਖਰ ਲਾ ਕੇ ਗੱਲ ਕਰਨ, ਮਲੂਕਾ ਸਾਹਿਬ ਵੀ ਉੱਥੇ ਸੀ, ਇਹ ਰਖੜਾ ਸਾਹਿਬ ਵੀ ਉੱਥੇ ਸੀ, ਮਨਪ੍ਰੀਤ ਬਾਦਲ ਨੇ ਐਂਡ 'ਚ ਸਪੋਰਟ ਕੀਤਾ ਕਿ ਕੰਢਿਆਂ ਦਾ ਤਾਜ ਹੈ ਜੀ ਇਹ, ਐਂਡ ਮੈਂ ਬੋਲਿਆ। ਜਦ ਮੈਨੂੰ ਲੱਗਿਆ ਕਿ ਪਾਰਟੀ ਦੀ ਦਿਸ਼ਾ ਸਹੀ ਨਹੀਂ ਹੈ, ਮੈਂ ਅਸਤੀਫਾ ਦੇ ਕੇ ਘਰ ਬੈਠ ਗਿਆ। ਮੈਨੂੰ ਜਦ ਲੋਕਾਂ ਨੇ ਪੁੱਛਿਆ, ਮੈਂ ਜਲੰਧਰ ਕੇਸ ਕਰਨ ਗਿਆ ਹੋਇਆ ਸੀ ਕੋਰਟ 'ਚ, ਉੱਥੇ ਸਾਰਾ ਮੀਡੀਆ ਪਹੁੰਚ ਗਿਆ, ਕਹਿੰਦੇ ਕਿਉਂ ਛੱਡਿਆ? ਮੈਂ ਕਿਹਾ ਜੀ ਮੈਂ ਵਕਾਲਤ ਸ਼ੁਰੂ ਕਰ ਲਈ, ਹਾਲਾਂਕਿ ਮੇਰੇ ਕੋਲ ਬੋਲਣ ਨੂੰ ਬਹੁਤ ਕੁਛ ਸੀ, ਮੈਂ ਬੋਲਿਆ ਨਹੀਂ। ਮੈਂ ਕਿਹਾ ਮੈਂ, ਮੇਰਾ ਧਰਮ ਨਹੀਂ ਕਿ ਮੈਂ ਡੈਮੇਜ ਕਰਾਂ ਆਪਣੀ ਪਾਰਟੀ ਨੂੰ, ਠੀਕ ਹੈ, ਐਵਰੀ, ਜੇ ਮੇਰੀ ਨਹੀਂ ਚੱਲਦੀ ਤਾਂ ਮੈਂ ਕਿਨਾਰੇ ਬੈਠ ਗਿਆ। ਮੈਨੂੰ ਕੈਪਟਨ ਅਮਰਿੰਦਰ ਜੀ ਨਾਲ 1-to-1 ਮੀਟਿੰਗ ਹੋਈ, ਮੈਂ ਉਹਨਾਂ ਦੀ ਤਾਰੀਫ ਕਰਦਾ। ਉਹਨਾਂ ਨੇ ਮੈਨੂੰ ਕਿਹਾ ਮੈਂ ਤੈਨੂੰ ਲੁਧਿਆਣਾ ਵੈਸਟ ਨਹੀਂ ਦੇ ਸਕਦਾ, ਜਿਹੜੀ ਮਰਜ਼ੀ ਟਿਕਟ ਲੈ ਲੈ, ਮੈਂ ਤੈਨੂੰ ਹੁਣੀ ਮੈਨੀਫੈਸਟੋ ਕਮੇਟੀ 'ਚ ਨਾਲ ਲੈਣਾ। ਮੈਂ ਕਿਹਾ ਸਰ ਸੋਰੀ, ਕਾਫੀ ਅਪਰੋਚ ਤੁਸੀਂ ਛੱਡ ਚੁੱਕੇ ਹੋ। ਮੈਂ ਕਿਹਾ ਮੈਂ ਜੁਆਇਨ ਨਹੀਂ ਕਰ ਸਕਦਾ ਤੁਹਾਨੂੰ, ਕਿਉਂਕਿ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਟੇਜ ਤੋਂ ਮਾੜਾ ਬੋਲੋਗੇ ਤੇ ਮੈਂ ਉਹਨਾਂ ਦੀ ਇੱਜ਼ਤ ਕਰਨਾ ਜੀ, ਤੇ ਮੈਂ ਅਕਾਲੀ ਦਲ ਦਾ ਬੰਦਾ, ਅਕਾਲੀ ਦਲ ਨੂੰ। ਫਿਰ ਮੈਨੂੰ ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਮੇਰੀ ਗੱਲ ਹੋਈ, ਆਮ ਆਦਮੀ ਪਾਰਟੀ ਦੇ ਲੀਡਰਸ ਨੇ ਨਾਰਾਜ਼ਗੀ ਵੀ ਮੇਰੇ ਨਾਲ ਜ਼ਾਹਰ ਕੀਤੀ ਕਿ ਤੂੰ ਸਾਡੇ ਨਾਲ ਬੈਠ ਕੇ ਸਾਨੂੰ ਨਿੰਦੀ ਕਿਉਂ ਜਾਂਦਾ। ਮੈਨੂੰ ਕਿਹਾ ਸੀ ਗੱਲ ਕਰਨੀ, ਮੈਂ ਮੋਸਟ ਵੈਲਕਮ, ਮੇਰੇ ਘਰ ਆ ਜਾਓ। ਕਹਿੰਦੇ ਨਹੀਂ, ਅਲੱਗ ਬਹਿਣਾ, ਮੈਂ ਅਲੱਗ ਬਹਿ ਜਾਓ। ਮੈਂ ਕਿਹਾ ਮੈਂ ਕਿਉਂ ਜੁਆਇਨ ਕਰਾਂ ਤੁਹਾਨੂੰ, ਪਹਿਲਾਂ ਦੱਸੋ ਹਾਓ ਯੂ ਆਰ ਡਿਫਰੈਂਟ। ਮੈਂ ਬੁਨਿਆਦੀ ਸਵਾਲ ਕੀਤੇ, ਮੈਂ ਕਿਹਾ ਜੋ ਕੁਛ ਤੁਸੀਂ ਮੈਨੂੰ ਆਫਰ ਕਰਦੇ ਤਾਂ ਮੈਂ ਲੈ ਚੁੱਕਾ ਆਪਣੀ ਪਾਰਟੀ ਤੋਂ, ਤੇ ਮੈਂ ਕਿਉਂ ਛੱਡਾਂ ਆਪਣੀ ਪਾਰਟੀ? ਮੈਂ ਹੁਣ ਵੀ ਕਹਿੰਦਾ, ਤੁਹਾਨੂੰ ਆਪਣੀ ਪਾਰਟੀ ਇੰਨੀ ਮਜ਼ਬੂਤ ਕਿਉਂ ਲੱਗਦੀ, ਕਿਉਂਕਿ ਲੋਕਾਂ ਦੀ ਪਸੰਦ ਤਾਂ ਤੁਸੀਂ ਦੇਖ ਹੀ ਰਹੇ ਹੋ ਅੱਜ ਕੱਲ BJP ਵੱਲ ਹੈ। ਮਜ਼ਬੂਤ ਦੀ ਗੱਲ ਨਹੀਂ ਹੁੰਦੀ, ਦੁੱਖ ਇਹ ਹੈ ਕਿ ਅੱਜ ਲੋਕਾਂ ਦਾ ਰੁਝਾਵ ਇਹ ਹੋ ਗਿਆ ਕਿ ਕਿੱਥੋਂ ਸੱਤਾ ਮਿਲਦੀ, ਸੋ ਸੱਤਾ ਨਾਲ ਪ੍ਰਭਾਵਿਤ ਹੋ ਕੇ ਜਾ ਰਹੇ ਹਾਂ। ਜਿਵੇਂ ਮੱਖੀ ਨਹੀਂ ਜਾਂਦੀ ਹੁੰਦੀ, ਜਿੱਥੇ ਗੁੜ ਪਿਆ, ਜਿੱਥੇ ਗੰਦ ਪਿਆ ਉੱਥੇ ਜਾਓ। ਇਹ ਇਹ ਮੱਖੀਆਂ ਜਿਹੜੀਆਂ ਗੰਦ 'ਤੇ ਵੀ ਜਾਣਾ ਚਲੇ ਜਾਣਗੀਆਂ, ਗੁੜ 'ਤੇ ਵੀ ਚਲੇ ਜਾਣਗੀਆਂ।
ਬੇਸਿਕਲੀ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰਨ ਦਾ ਮਕਸਦ ਹੁੰਦਾ ਪੋਲੀਟੀਕਲ ਆਈਡੀਓਲੋਜੀ ਐਂਡ ਥੋਟ। ਮੈਨੂੰ ਅਕਾਲੀ ਦਲ ਦੀ ਪੋਲੀਟੀਕਲ ਫਿਲੋਸਫੀ ਚੰਗੀ ਲੱਗਦੀ ਹੈ ਜੋ ਗੁਰੂ ਗ੍ਰੰਥ ਸਾਹਿਬ 'ਤੇ ਬੇਸਡ ਹੈ, ਮਾਨਸ ਕੀ ਜਾਤ ਏਕ ਪਹਿਚਾਨ ਸਰਬੱਤ ਦਾ ਭਲਾ, ਮੈਨੂੰ ਚੰਗਾ ਲੱਗਦਾ। ਇੱਕ ਸਾਡੀ ਪਾਰਟੀ ਦੇ ਵਿੱਚ ਪੰਥਕ ਪਾਰਟੀ ਦੇ ਬਾਵਜੂਦ ਸਾਡੀ ਹੇਟ ਅਦਰ ਰਿਲੀਜਨ ਨਹੀਂ ਹੈ, ਐਂਡ ਬੀਜੇਪੀ 'ਚ ਮੈਨੂੰ ਮਹਿਸੂਸ ਹੁੰਦਾ ਕਈ ਵਾਰ ਕਿ ਟੂ ਮੱਚ ਦੇ ਗੋ ਔਨ ਵਨ ਰਿਲੀਜਨ ਸਾਈਡ, ਜਿਹੜਾ ਅਵੋਇਡੇਬਲ ਹੈ, ਨਹੀਂ ਕਰਨਾ ਚਾਹੀਦਾ। ਐਂਡ ਕਾਂਗਰਸ ਵਰਗੀਆਂ ਪਾਰਟੀਜ਼ ਹੈ ਜਿਹੜੇ ਬਲੂ ਸਟਾਰ ਵੀ ਕਰਾਉਣ, ਠੀਕ ਹੈ, ਉਹਦੇ ਇਲਾਵਾ ਮੋਸਟ ਕੋਮਨਲ ਪਾਰਟੀ ਹੈ ਜੇ ਅੱਜ ਦੀ ਡੇਟ 'ਚ ਵੀ ਤਾਂ ਕਾਂਗਰਸ ਹੈ, ਬਿਕੋਜ਼ ਕਾਸਟ ਇਹ ਯੂਜ਼ ਕਰਦੇ ਹਾਂ, ਰਿਲੀਜਨ ਇਹ ਯੂਜ਼ ਕਰਦੇ ਹਾਂ, ਕਿਹੜੀ ਚੀਜ਼ ਜਿਹੜੀ ਯੂਜ਼ ਨਹੀਂ ਕਰਦੇ, ਐਂਡ ਦੈਨ ਦੇ ਕਲੇਮ ਦੇ ਆਰ ਸੈਕੂਲਰ। ਸੋ ਜਿਹੜੇ ਇਸ ਕਿਸਮ ਦੇ ਸੈਕੂਲਰਸ ਤੋਂ ਕੀ ਲੈਣਾ। ਸੋ ਨਾਲੇ ਆਦਮੀ ਨੂੰ ਫੈਸਲਾ ਜ਼ਿੰਦਗੀ 'ਚ ਇੱਕ ਵਾਰ ਕਰਨਾ ਚਾਹੀਦਾ, ਇਹ ਮੇਰੀ ਬ੍ਰੈਡ ਐਂਡ ਬਟਰ ਹੈ, ਜੇ ਮੈਂ ਅੱਜ MLA ਨਹੀਂ ਹੈ ਜਾਂ ਮੈਂ ਪਾਰਟੀ 'ਚ ਮੈਂ ਵਰਕਿੰਗ ਕਮੇਟੀ ਮੈਂਬਰ ਹਾਂ, ਮੈਂ ਇਹ ਵੀ ਨਹੀਂ ਰਹੂੰਗਾ ਤਾਂ ਮੇਰੀ ਰੋਟੀ ਬੰਦ ਹੋ ਜਾਊਗੀ। ਮੇਰੀ ਸਾਰੀ ਬੁਨਿਆਦ ਹੀ ਇਸੇ 'ਤੇ ਹੈ। ਕਿੰਨੇ ਕੁ ਬੰਦੇ ਆ ਜਿਹੜੇ ਸਿਆਸਤ ਸੁਣਦੇ ਆ, ਕਿੰਨੇ ਕੁ ਬੰਦੇ ਆ ਜਿਹੜੇ ਇਸ ਰੁੱਤ ਵਿੱਚ ਪਹੁੰਚਦੇ ਆ ਕਿ ਮਿਨਿਸਟਰ ਬਣ ਗਏ, ਫਲਾਨਾ ਬਣ ਗਏ, ਹਾਊ ਡਜ਼ ਇਟ ਮੈਟਰ। ਤੁਸੀਂ ਜੇ ਮੈਂ ਸ਼ੀਸ਼ੇ ਅੱਗੇ ਖੜ ਕੇ ਆਪਣੀ ਸ਼ਕਲ ਦੇਖ ਕੇ ਕਹਾਂ ਯਾਰ ਹਰੀਸ਼ ਤੂੰ ਦਿਖਾਵਾ ਜਾ, ਪਾਰਟੀ ਨੂੰ ਧੋਖਾ ਦੇ ਗਿਆ, ਲਾਣਾ ਤਾਂ ਮੈਂ ਤਾਂ ਮਰ ਜੂੰਗਾ, ਜਿਉਂਦਾ ਹੀ ਮਰ ਜੂੰ। ਹੁਣ ਇਹ ਬੰਦੇ ਕਿਹੜੇ ਮੂੰਹ ਨਾਲ ਅਕਾਲੀ ਦਲ ਨੂੰ ਮਾੜਾ ਕਹਿਣਗੇ, ਇਹ ਅਕਾਲ ਤਖ਼ਤ 'ਤੇ ਸੋਹਾਂ ਖਾਣੀਆਂ। ਮੈਂ ਤਾਂ ਸ਼ਰੇਆਮ ਕਹਿੰਦਾ, ਮੈਂ ਚਰਨਜੀਤ ਜੀ ਨੂੰ ਕਿਹਾ ਉਹਦਾ ਨਾਲ ਦਿੱਤੇ ਇੰਟਰਵਿਊ 'ਚ ਕਿ ਉੱਥੇ ਇਹਨਾਂ ਨੂੰ ਇਹ ਵੀ ਸੋਹਾਂ ਖਵਾ ਦਿਓ, ਬੀਬੀ ਜਗੀਰ ਕੌਰ ਨੂੰ ਅਤੇ ਮਲੂਕਾ ਜੀ ਨੂੰ ਅਤੇ ਢੀਂਸਾ ਸਾਹਿਬ ਨੂੰ ਕਿ ਤੁਸੀਂ ਅਕਾਲੀ ਦਲ ਨੂੰ ਵੋਟ ਪਾਈਏ। ਵੋਟ ਤਾਂ ਤੁਸੀਂ ਪਾਈ ਨਹੀਂ ਅਕਾਲੀ ਦਲ ਨੂੰ, ਮੁਖਾਲਫਤ ਤੁਸੀਂ ਅਕਾਲੀ ਦਲ ਦੀ ਕੀਤੀ, ਹੁਣ ਤੁਸੀਂ ਅਕਾਲੀ ਦਲ ਨੂੰ ਤਕੜਾ ਕਰਨ ਲਈ ਜਾ ਰਹੇ ਹੋ। ਕਮਾਲ ਹੈ। ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਮੌਜੂਦਾ ਸਰਕਾਰ ਹੈ। ਆਈ ਟੈਲ ਯੂ ਵੈਰੀ ਕਲੀਅਰਲੀ, ਦੇਖੋ ਸਾਡਾ ਤਾਂ ਜਿਹੜੀ ਕਹਿੰਦੇ ਨਾ ਜਿਹਨੂੰ ਸਾਡਾ ਗੱਡਾ ਤਾਂ ਇਹਨਾਂ ਨੇ ਲੀਹੋਂ ਲਾ ਦਿੱਤਾ, ਸਾਡਾ ਕੈਂਡੀਡੇਟ ਜਿਹੜਾ ਸੀ ਉਹ ਇਹਨਾਂ ਨਾਲ ਰਲ ਗਿਆ, ਅਸੀਂ ਤਾਂ ਹੁਣ ਉਸ ਇਲੈਕਸ਼ਨ 'ਚ ਹੈ ਨਹੀਂ। ਹੁਣ ਜਿਹੜੇ ਪਾਰਟੀਆਂ ਹੈਗੀਆਂ, ਮੈਂ ਇੰਨਾ ਦੱਸ ਦਿੰਦਾ ਕਿ ਆਮ ਆਦਮੀ ਪਾਰਟੀ ਨਹੀਂ ਜਿੱਤੂਗੀ। ਇਹ ਕਿਸ ਤਰ੍ਹਾਂ ਲੱਗਦਾ? ਸੀਐਮ ਭਗਵੰਤ ਮਾਨ ਤਾਂ ਆਪਣੀ ਰਿਹਾਇਸ਼ ਛੱਡ ਕੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਪਣੀ ਫੈਮਿਲੀ ਨਾਲ ਰਹਿ ਰਹੇ, ਛੋਟੇ ਬੱਚੇ ਨਾਲ ਰਹਿ ਰਹੇ ਨੇ, ਕਿਸ ਤਰ੍ਹਾਂ ਦੇਖਦੇ ਇਸ ਚੀਜ਼ ਨੂੰ? ਜੇ ਇੱਕ ਬੰਦਾ ਆਪਣਾ ਘਰ ਛੱਡ ਕੇ, ਠੀਕ ਹੈ, ਜਿੱਥੇ ਪਿੜ ਪਿਆ ਹੋਵੇ, ਦਾਣੇ ਪਏ ਹੋਣ, ਉੱਥੇ ਰਾਖੀ ਲਈ ਬੈਠ ਜਾਵੇ, ਇਹਦਾ ਮਤਲਬ ਉਹਨੂੰ ਚੋਰੀ ਦਾ ਡਰ ਹੈ ਨਾ। ਜੇ ਆਇਆ ਹੈ ਤਾਂ ਉਹਨੂੰ ਸੀਟ ਖੁੱਸਦੀ ਲੱਗਦੀ ਹੈ, ਇੰਨੇ ਹੀ ਬਹੁਤ ਹੈ। ਭਗਵੰਤ ਮਾਨ ਦੀ ਐਡਮਿਸ਼ਨ ਹੈ ਜਲੰਧਰ ਆਉਣਾ ਕਿ ਉਹ ਸੀਟ ਦਾ ਖਤਰਾ ਉਹਨੂੰ ਨਜ਼ਰ ਆ ਰਿਹਾ, ਇਕੱਲਾ ਸੀਟ ਦਾ ਖਤਰਾ ਨਜ਼ਰ ਆ ਰਿਹਾ। ਸੀਟ ਨਾਲ ਕੋਈ ਫਰਕ ਨਹੀਂ ਪੈਂਦਾ, ਇੱਕ ਘਟੀ ਕੇ ਇੱਕ ਵਧੀ, ਆਮ ਆਦਮੀ ਦੇ ਕਣਵੇਂ ਰਹਿ ਜਾਣਗੇ, ਕੀ ਫਰਕ ਪੈ ਜਾਊਗਾ? ਭਗਵੰਤ ਮਾਨ ਦੀ ਕੁਰਸੀ ਜਾਂਦੀ ਲੱਗਦੀ ਹੈ। ਭਗਵੰਤ ਮਾਨ BJP ਦਾ ਬਿਠਾਇਆ ਹੋਇਆ ਚੀਫ ਮਿਨਿਸਟਰ ਹੈ, ਕੇਜਰੀਵਾਲ ਦਾ ਨਹੀਂ ਹੈ। ਇੰਨੀ ਵੱਡੀ ਗੱਲ ਆਖ ਰਹੇ ਹੋ ਸਰ, ਵੈਸੇ ਵੀ ਤੁਸੀਂ ਐਡਵੋਕੇਟ ਹੋ, ਲੁਧਿਆਣੇ ਦੇ ਹਾਲਾਤ ਕਿਸ ਤਰ੍ਹਾਂ ਦੇਖਦੇ ਹੋ? ਆਮ ਆਦਮੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਨੇ? ਲੁਧਿਆਣਾ 21 ਬਰਸਾਤ ਦੇ ਨਾਲ ਡੁੱਬ ਗਿਆ, ਕਿਸ ਤਰ੍ਹਾਂ ਦੇਖਦੇ ਹੋ? ਇਹ ਪ੍ਰੋਜੈਕਟਾਂ ਦੇ ਕੰਮ ਜਿਹੜੇ ਬੁੱਢੇ ਦਰਿਆ ਦੇ ਹੋ ਗਏ, ਹੋਰ ਕੰਮ ਹੋ ਗਏ, ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਕੰਮਾਂ ਨੂੰ? ਲੋਕੀ ਗਰਮੀ ਨਾਲ ਤਰ੍ਹਾਂ ਤਰ੍ਹਾਂ ਕਰ ਰਹੇ ਸੀ, ਘਰ ਘਰ ਪਾਣੀ ਵਾੜਤਾ ਆਮ ਆਦਮੀ ਨੇ। ਦੇਖੋ ਜੀ ਗੋਡੇ ਗੋਡੇ ਗੰਦਾ ਪਾਣੀ ਦੇਖੋ, ਜੋ ਮਰਜ਼ੀ ਕਹੋ, ਰੱਜ ਕੇ ਕਰਪਸ਼ਨ ਹੈ, ਪੈਸੇ ਦਿਓ, ਕੰਮ ਕਰਾਓ, ਚਿੱਟਾ ਜਿੰਨਾ ਮਰਜ਼ੀ ਇੱਥੇ ਲਓ, ਜਿਹੜੀ ਮਰਜ਼ੀ ਬਦਮਾਸ਼ੀ ਕਰਾਓ। ਤੇ ਜੇ ਤੁਹਾਡੀ ਪਾਰਟੀ ਜਿੱਤ ਜਾਂਦੀ ਹੈ ਤੇ ਤੁਸੀਂ ਕਿਹੜੇ ਮੁੱਦੇ ਲੈ ਕੇ ਆਓਗੇ? ਤੇ ਤੁਸੀਂ ਇਹ ਜਿਹੜੇ ਮੁੱਦੇ ਨੇ ਆਮ ਆਦਮੀ ਪਾਰਟੀ ਹੱਲ ਨਹੀਂ ਕਰ ਪਾਈ, ਕੀ ਕਰੋਗੇ? ਇੰਨਾ ਦਾਵਾ ਕਰਦੇ ਹੋ। ਅਸੀਂ ਆਪਣੇ ਪੁਰਾਣੇ 10 ਸਾਲ ਦੇ ਰਾਜ ਦਾ ਯਾਦ ਕਰਾਉਂਦੇ ਜਿਹੜਾ ਲੋਕੀ ਮਿਸ ਕਰਦੇ ਆ। ਤੁਸੀਂ ਜਾਓ ਜਿਹੜੀ ਮਰਜ਼ੀ ਸੈਕਸ਼ਨ ਆਫ ਸੋਸਾਇਟੀ ਨੂੰ ਪੁੱਛੋ ਕਿ ਉਹ 10 ਸਾਲ ਤਾਂ ਉਹ ਠੀਕ ਹੈ, ਪਰ ਵੋਟਿੰਗ ਪਰਸੈਂਟੇਜ ਬੜੀ ਘੱਟ ਹੋਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ, ਕਿੱਥੇ ਕੁ ਲੱਗਦਾ, ਕਿੱਥੇ ਕਮੀਆਂ ਨੇ? ਮਲਟੀਪਲ ਇਸ਼ੂਜ਼ ਹੈ। ਜਦ ਨੈਸ਼ਨਲ ਲੈਵਲ 'ਤੇ ਦੋ ਧੜਿਆਂ 'ਚ ਸਿਆਸਤ ਵੰਡੀ ਜਾਊਗੀ, ਤੁਸੀਂ ਕਿਸੇ ਵੀ ਧੜੇ ਨਾਲ ਨਹੀਂ ਹੋਵੋਗੇ, ਤੁਸੀਂ ਮਾਰ ਖਾਓਗੇ। ਨੰਬਰ 2, ਜਦ ਤੁਸੀਂ ਕੋਮਨਲ ਸਿਆਸਤ ਨੂੰ ਚੱਕੋਗੇ,
ਲੋਕਾਂ ਤੋਂ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰੋਗੇ ਵੋਟਾਂ ਦੀ ਰਾਜਨੀਤੀ ਲਈ, ਹਾਂ 9-18% ਤਾਂ ਲੈ ਜਾਓਗੇ ਪਰ ਨੁਕਸਾਨ ਕਿੰਨਾ ਕਰ ਜਾਓਗੇ? ਤੁਸੀਂ ਜੇ 18 ਨਾਲ ਜਾਂਦੇ 9 ਹੀ ਲੈ ਜਾਂਦੇ ਬੀਜੇਪੀ, ਸੀਟ ਤਾਂ ਵੀ ਨਹੀਂ ਸੀ ਜਿੱਤਣੀ, ਸੀਟ ਹੁਣ ਵੀ ਨਹੀਂ ਜਿੱਤੀ, ਪੰਜਾਬ ਦਾ ਮਾਹੌਲ ਤਾਂ ਸੁਖਾਵਾਂ ਰੱਖ ਜਾਂਦੇ, ਆ ਆ ਜਿਹੜੇ ਦੋ ਖੁੰਬਾਂ ਉੱਗੀਆਂ ਇਹ ਤਾਂ ਨਾ ਉੱਗਣੀਆਂ, ਇਹ ਖੁੰਬਾਂ ਇਹਨਾਂ ਨੇ ਪੈਦਾ ਕੀਤੀਆਂ, ਐਨ ਉਹਨਾਂ ਨੁਕਸਾਨ ਅਕਾਲੀ ਦਲ ਦਾ ਹੀ ਕੀਤਾ, ਅਸੀਂ ਸਮਝਦੇ ਹਾਂ ਸਾਰਾ। ਬੇਅਦਬੀ ਅੱਜ ਮੁੱਦਾ ਕਿਉਂ ਨਹੀਂ ਹੈ ਜੀ? ਬੇਅਦਬੀ ਕਰਾਉਣ ਵਾਲੇ ਇਹੀ ਹੈ ਨਾ ਜਿਹੜੇ ਬੈਨੀਫਿਟ ਲੈ ਕੇ ਗਏ। ਕਿ ਤੁਹਾਡੀ ਪਾਰਟੀ ਜੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਤ ਜਾਂਦੀ ਹੈ ਜਲੰਧਰ ਜ਼ਿਮਨੀ ਚੋਣ, ਤਾਂ ਕੀ ਲੱਗਦਾ ਬੇਅਦਬੀ ਵਰਗੇ ਮਾਮਲੇ ਜਾਂ ਕਰਪਸ਼ਨ ਵਰਗੇ ਮਾਮਲੇ ਇਹ ਖਤਮ ਹੋ ਜਾਣਗੇ, ਨਸ਼ੇ ਵਰਗੇ ਚਿੱਟੇ ਵਰਗੇ? ਜ਼ਿਮਨੀ ਚੋਣ ਦਾ ਤਾਲੁਕ ਹੀ ਕੋਈ ਨਹੀਂ ਜੀ, ਜ਼ਿਮਨੀ ਚੋਣ ਨੂੰ ਤਾਂ ਤੁਸੀਂ ਭੁੱਲ ਜਾਓ ਨਾ, ਇਹ ਜ਼ਿਮਨੀ ਚੋਣ ਕਾਹਦੀ ਜ਼ਿਮਨੀ ਚੋਣ ਹੈ? ਹਾਂ, ਜ਼ਿਮਨੀ ਚੋਣ ਦੇ ਨਾਲ ਗਵਰਨਮੈਂਟ ਡਿੱਗਦੀ ਹੋਵੇ, ਗਵਰਨਮੈਂਟ ਬਣਦੀ ਹੋਵੇ ਤਾਂ ਜ਼ਿਮਨੀ ਚੋਣ ਹੁੰਦੀ ਹੈ, ਇਹ ਤਾਂ ਇਨਸਿਗਨੀਫਿਕੈਂਟ ਚੋਣ ਹੈ, ਇਹ ਤਾਂ ਇੱਕ ਸਟੈਟਿਸਟੀਕਲ ਜਾਂ ਈਗੋ ਦੀ ਲੜਾਈ ਹੈ। ਹੁਣ ਈਗੋ ਦੀ ਲੜਾਈ ਬੇਸਿਕਲੀ, ਕਿਉਂਕਿ ਅਸੀਂ ਤਾਂ ਆਊਟ ਆਫ ਪਿਕਚਰ ਹੋ ਗਏ ਜੀ, ਸਾਡਾ ਕੈਂਡੀਡੇਟ ਤਾਂ ਬਾਗੀ ਲੈ ਗਏ, ਹੁਣ ਗੱਲ ਇੰਨੀ ਹੈ ਕਿ ਮੇਨ ਬੀਜੇਪੀ ਦਾ, ਕਾਂਗਰਸ ਦਾ ਅਤੇ ਆਪ ਦਾ, ਇਹ ਤਿੰਨਾਂ ਦਾ ਈਗੋ ਕਲੈਸ਼ ਹੈ, ਇਹ ਤਿੰਨੇ ਇਸ ਬਸਾਤ 'ਤੇ ਲੜਨਗੇ। ਐਂਡ ਇੰਨੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਆਮ ਆਦਮੀ ਪਾਰਟੀ ਨੂੰ ਜਿੱਤਣਾ ਬਾਵਜੂਦ ਸਰਕਾਰ ਦੇ ਔਖਾ ਹੋਊਗਾ, ਬਹੁਤ ਔਖਾ ਹੋਊਗਾ। ਥੈਂਕ ਯੂ ਜੀ। ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਐਡਵੋਕੇਟ ਹਰੀਸ਼ ਰਾਏ ਟਾਂਡਾ ਮੌਜੂਦ ਰਹੇ ਨੇ, ਜਿਨ੍ਹਾਂ ਨੇ ਆਪਣੀ ਪਾਰਟੀ ਬਾਰੇ ਦੱਸਿਆ, ਔਰ ਜੋ ਹੁਣ ਜਲੰਧਰ ਜ਼ਿਮਨੀ ਚੋਣ ਹੋ ਰਹੇ ਨੇ, ਜੋ ਉਮੀਦਵਾਰ ਜਿਹੜਾ ਕੀ ਹੈ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜੋ ਹੋਏ ਨੇ ਐਡ ਆਨ, ਤਾਂ ਉਸਦੇ ਬਾਰੇ ਵੀ ਗੱਲਬਾਤ ਕੀਤੀ ਅਤੇ ਦੱਸਦੇ ਕਿ ਇੱਕ ਐਡਵੋਕੇਟ ਹਰੀਸ਼ ਰਾਏ ਟਾਂਡਾ ਜੋ ਮੌਜੂਦ ਨੇ ਸਾਡੇ ਨਾਲ, ਇਹਨਾਂ ਨੂੰ ਕਾਫੀ ਪਾਰਟੀਜ਼ ਵੱਲੋਂ ਅਪਰੋਚ ਕੀਤੀ ਗਈ ਪਰ ਇਹ ਆਪਣੀ ਪਾਰਟੀ 'ਤੇ ਬਿਲਕੁਲ ਅਟਲ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਜੁੜੇ ਹੋਏ ਨੇ। ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ, ਜੋ ਜਲੰਧਰ ਜ਼ਿਮਨੀ ਚੋਣ ਹੋ ਰਹੀ ਆ, ਬਾਕੀ ਪਾਰਟੀਜ਼ ਬਾਰੇ ਜੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ।